सुनाम दे नजदीकी पिंड शेरों विच पिंड दे ही छप्पड़ विच डुब जान कारण 12 साल दे बच्चे दी मौत होण दा मामला सामने आया है। पिंड वासियां वालों दोष लगाए गए हैं कि पिंड दे विच सरकार वालों 22 फुट डूंगा पक्का टोभा बनाया गया है जिस दे साइडां दे कोई जाली नहीं लगी हुई सी, जिस कारण खेडदे हुए बच्चे ने टोभे विच गिर के अपनी जान गवा दित्ती। बच्चे का पिता अपंग है अते इकलौता पुत्र होने करके पिंड विच सोग का माहौल बनया हुआ है। पिंड वालों वालों मंग की जा रही है कि परिवार की आर्थिक मदद की जाए अते टोभा बनाने वाले ठेकेदार उपर बनती कार्रवाई की जाए। आजाद टीवी न्यूज के लिए संजय रावत की रिपोर्ट। ਚੁੱਕਾ ਸਿੰਘ ਸਰ ਚੁੱਕਾ ਸਿੰਘ ਜੀ ਆਪਣੇ ਜਿਹੜੇ ਬੱਚੇ ਦੀ ਮੌਤ ਹੋਈ ਤੁਹਾਡੇ ਦੀ ਕੀ ਘਟਨਾ ਸੀ ਘਟਨਾ ਤਾਂ ਸਰ ਇਹ ਤੇ ਗਈ ਮੈਂ ਉਹਨਾਂ ਨੂੰ ਕੱਖਾਂ ਨੂੰ ਕਹਿਤੀ ਵੀ ਅੱਜ ਕ ਮੇਰੇ ਨਾਲ ਕੱਖ ਵਢਾ ਲਿਆ ਉਹ ਕਹਿੰਦਾ ਡੈਡੀ ਇਧਰ ਕੱਖ ਵਢਾ ਵੱਢ ਲਿਆ ਤੂੰ ਕਿ ਵੀ ਅਸੀਂ ਟੋਕਾ ਤੇਰੇ ਨਾਲ ਕਰਾ ਦਿਆਂਗੇ ਆ ਕੇ ਇਹ ਮੈਂ ਛੰਨ ਮਾਉਣ ਲੱਗ ਗਿਆ ਮੈਨੂੰ ਲੇਟ ਹੋ ਗਿਆ ਜੀ ਖੇਤੋਂ ਇਹ ਟੋਕਾ ਕਰਾਉਣ ਗਏ ਤੇ ਉੱਥੇ ਜਾ ਕੇ ਇਹ ਖੇਡਣ ਲੱਗ ਗਿਆ ਹੋਈ ਠੀਕ ਆ ਜੇ ਉਹਦੇ ਜਾ ਕਿਤੇ ਜਾਲ ਲੱਗਿਆ ਹੁੰਦਾ ਉਹ ਨਾ ਡਿੱਗਦਾ ਜੀ ਹਨਾ ਸਰਕਾਰ ਦੀ ਇਹੀ ਗਲਤੀ ਹੈਗੀ ਵੀ ਉੱਥੇ ਜਾਲ ਲਵਾਉਣਾ ਤੀ ਜੀ ਇਹਨਾਂ ਨੇ ਸਰ ਕੀ ਮੰਗ ਕਰਦੇ ਹੋ ਮੰਗ ਤੇ ਇਹੀ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਵੀ ਕੱਲ੍ਹ ਨੂੰ ਕਿਸੇ ਦਾ ਹੋਰ ਨਾ ਡਿੱਗੇ ਨਾ ਜੀ ਤੁਸੀਂ ਅਪਾਹਜ ਵੀ ਹੋਗੇ ਅੱਗੇ ਫਿਰ ਘਰ ਦਾ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਘਰ ਦਾ ਮੇਰਾ ਤਾਂ ਇਕੱਲੇ ਹੀ ਮੁੰਡਾ ਤੀ ਜੀ ਸਰ ਕਦੋਂ ਹੀ ਵੱਗ ਗਿਆ ਮਗਰ ਕੀ ਆ ਮੇਰੇ ਕੁਛ ਨਹੀਂ ਹੈਗਾ ਬੱਚੀ ਦੀ ਉਮਰ ਕਿੰਨੀ ਹੈ ਜੀ ਬੱਚੇ ਦੀ ਉਮਰ ਆ ਗਈ 11-12 ਸਾਲਾਂ ਦਾ ਜੀ ਸਰ ਕੀ ਨਾਮ ਹੈ ਵੀਰ ਜੀ ਆਪਣਾ ਮੇਰਾ ਨਾਮ ਨਾਜ਼ਮ ਸਿੰਘ ਹੈ ਜੀ ਪਿੰਡ ਕਿਹੜਾ ਪਿੰਡ ਸ਼ੇਰੋ ਜੀ ਜਿਹੜੇ ਬੱਚੇ ਦੀ ਮੁੰਡੇ ਦੀ ਡੈਥ ਹੋਈ ਜੀ ਜਸੀਰ ਤੇ ਕੀ ਲੱਗਦਾ ਤੁਸੀਂ ਉਹ ਮੇਰਾ ਭਤੀਜਾ ਜੀ ਕੀ ਘਟਨਾ ਹੋਈ ਜੀ ਪੂਰੀ ਘਟਨਾ ਤਾਂ ਜੀ ਉਹ ਉੱਥੇ ਗਏ ਸੀ ਆਪਣੇ ਸਾਪਰ ਵਾਲਾ ਜਿਹੜੇ ਇਹਨਾਂ ਨੇ ਖੂਹ ਜੇ ਬਣਾਏ ਨੇ ਗਵਰਨਮੈਂਟ ਨੇ ਉਹ ਉੱਥੇ ਕਿਤੇ ਲਵੇ ਮਸ਼ੀਨ ਲੱਗੀ ਹੋਈ ਆ ਜੀ ਉਹਦੇ ਟੋਕੇ ਵਾਲੀ ਕਿਤੇ ਟੋਕਾ ਕਰਨ ਗਿਆ ਸੀ ਉਹਦਾ ਡੈਡੀ ਕਿਤੇ ਲੇਟ ਹੋ ਗਿਆ ਉਦੋਂ ਨੂੰ ਕਿਤੇ ਬੱਚੇ ਇਹ ਪਹਿਲਾਂ ਵਗੇ ਜੀ ਉਹ ਜਦੋਂ ਉੱਥੇ ਗਏ ਕਿਤੇ ਜਵਾਕ ਨੂੰ ਪਤਾ ਨਹੀਂ ਸੀ ਉੱਥੇ ਕੋਈ ਬੰਦੋਬਸਤ ਹੈ ਨਹੀਂ ਸੀ ਜੀ ਕਿਤੇ ਕਿਸੇ ਲੋਟ ਡਿੱਗ ਡੁੱਗ ਪੈ ਜੀ ਉਹਦੇ ਵਿੱਚ ਉਹ ਪਤਾ ਨਹੀਂ ਲੱਗਿਆ ਛੋਟੀ ਜੀ ਕੁੜੀ ਤੇ ਉਹਨੇ ਰੌਲਾ ਰੂਲਾ ਪਾ ਕੇ ਦੱਸਿਆ ਇਦੋਂ ਬਾਅਦ ਲੋਕਾਂ ਦਾ ਇਕੱਠ ਹੋ ਗਿਆ ਜੀ ਉੱਥੇ ਉਹ ਕੱਢਿਆ ਜੀ ਉਦੋਂ ਨੂੰ ਜਦੋਂ ਹਸਪਤਾਲ 'ਚ ਲੈ ਗਏ ਉਦੋਂ ਨੂੰ ਖਤਮ ਹੋ ਗਿਆ ਜੀ ਬੱਚਾ ਕੀ ਮੰਗ ਕਰਦੇ ਜੀ ਮੰਗ ਤਾਂ ਇਹੀ ਕਰਦਾ ਜੀ ਵੀ ਇਹ ਦੋਨੇ ਜੀ ਉਹਦੇ ਜਿਹੜੀ ਘਰ ਵਾਲੀ ਆ ਉਹ ਵੀ ਵਿਚਾਰੀ ਸਧਾਰਨ ਆ ਜੀ ਉਹ ਵਿਚਾਰਾ ਊਂ ਅੱਜ ਆ ਜੀ ਉਹਦੇ ਕਮਾਂਗੀ ਪਹਿਲਾਂ ਵੀ ਆਪਦਾ ਟਾਈਮ ਪਾਸ ਮਸਾਂ ਕਰਦਾ ਵਾ ਆਪਦੀ ਛੱਤ ਤੋਂ ਉਹਨੇ ਮਸਾਂ ਪਾਈ ਹੈ ਜੀ ਅਸੀਂ ਤਾਂ ਇਹੀ ਮੰਗ ਕਰਦੇ ਜੀ ਵੀ ਕੋਈ ਗੌਰਮੈਂਟ ਵੱਲੋਂ ਜਾਂ ਤਾਂ ਇਹਨੂੰ ਕੋਈ ਸਰਕਾਰੀ ਕੋਈ ਨੌਕਰੀ ਨਾਕਰੀ ਤੇ ਕਿਤੇ ਕੁਛ ਇਹਨਾਂ ਦਾ ਬੰਦੋਬਸਤ ਕੀਤਾ ਜਾਵੇ ਕੀ ਨਾਮ ਹੈ ਵੀਰ ਜੀ ਆਪਣਾ ਮੇਰਾ ਨਾਮ ਵੀਰੇ ਮੋਹਨਜੀਤ ਸਿੰਘ ਆ ਕਿਹੜਾ ਪਿੰਡ ਹੈ ਜੀ ਪਿੰਡ ਸ਼ੇਰੋਂ ਜੀ ਜਿਹੜੀ ਕੱਲ੍ਹ ਇੱਥੇ ਛੱਪੜ ਤੇ ਘਟਨਾ ਹੋਈ ਹੈ ਬੱਚੇ ਦੀ ਮੌਤ ਹੋਈ ਹੈ ਕੀ ਘਟਨਾ ਜੀ ਪੂਰੀ ਇਹਨਾਂ ਬਾਈ ਜੋ ਛੱਪੜ ਬਣਿਆ ਗਾ ਇਹ 22-22 ਫੁੱਟ ਡੂੰਘੇ ਨੇਗੇ ਹੈ ਨਾ ਇਹਨਾਂ ਦੇ ਵਿੱਚ ਵੀ ਮਤਲਬ ਤੁਸੀਂ ਬਿਨਾਂ ਮਨਜ਼ੂਰੀ ਦੇ ਉੱਤੇ ਪਾਣੀ ਛੱਡਿਆ ਗਿਆ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋਗੇ ਜਿਹੜੀ ਜਾਲੀ ਲੱਗਣੀ ਤੇ ਉਹ ਜਾਲੀ ਲਾਈ ਨਹੀਂ ਹੈਗੀ ਜੇ ਉਹ ਜਾਲੀ ਲੱਗੀ ਹੁੰਦੀ ਤਾਂ ਇਹ ਬੱਚੇ ਦੀ ਜਾਨ ਨਹੀਂ ਜਾਂਦੀ ਸੀਗੀ ਕਿਉਂ ਆਪਾਂ ਨੂੰ ਵੀ ਪਤਾ ਹੈਗਾ ਵੀ ਜਦੋਂ ਬੱਚੇ ਖੇਡਦੇ ਹੋਏ ਉਰੇ ਉਹ ਕੋਲੇ ਮਸ਼ੀਨ ਆ ਗਈ ਮਸ਼ੀਨ ਦੇ ਉੱਤੇ ਟੋਕਾ ਕਰਵਾਉਣ ਆਉਂਦਾ ਤੀ ਆਪਦੇ ਬਾਪ ਨਾਲ ਉਹਦੇ ਬਾਪ ਦੇ ਬਾਂਹ ਨਹੀਂ ਹੈਗੀ ਬਈ ਹੈ ਨਾ ਤੁਸੀਂ ਨੇ ਵੀ ਦੇਖਿਆ ਹੈਗਾ ਪਹਿਲਾਂ ਉਹਦੇ ਕਰਕੇ ਉਹ ਕਿਤੇ ਖੇਡਦਾ ਖੇਡਦਾ ਇੱਧਰ ਆ ਗਿਆ ਬੱਚਾ ਵਿੱਚ ਡਿੱਪਿਆ ਖੇਡਦਾ ਖੇਡਦੀ ਅਤੇ ਵੀ ਬਹੁਤ ਨਿੰਦਣਯੋਗ ਘਟਨਾ ਵੀ ਪ੍ਰਸ਼ਾਸਨ ਨੂੰ ਅਸੀਂ ਤਾਂ ਪਹਿਲਾਂ ਇਹ ਮੰਗ ਕਰ ਦਿਆਂਗੇ ਵੀ ਉਹਨਾਂ ਨੂੰ ਵੀ ਕਾਰਵਾਈ ਕੀਤੀ ਜਾਵੇ ਜਿਹੜੇ ਇਹ ਠੇਕੇਦਾਰ ਨੇ ਉਹਨਾਂ ਦੇ ਉੱਤੇ ਕੀਤੀ ਜਾਵੇ ਕਿਉਂ ਇੱਕ ਜਾਨ ਗਈ ਹੈਗੀ ਬਹੁਤ ਕੀਮਤੀ ਜਾਨ ਹੁੰਦੀ ਹੈ ਯਾਰ ਆਪਾਂ ਮੰਨਦੇ ਹਾਂਗੇ ਇਨਸਾਨ ਦੀ ਅਤੇ ਉਦੋਂ ਮਗਰੋਂ ਦੂਜੀ ਗੱਲ ਉਹਦੇ ਬਾਪ ਨੂੰ ਕੋਈ ਪੈਨਸ਼ਨ ਦਿੱਤੀ ਜਾਵੇ ਉਹਦੀ ਬਾਂਹ ਨਹੀਂ ਹੈਗੀ ਵਿਚਾਰੇ ਦੇ ਉਹਦੀ ਮਾਂ ਨੂੰ ਵੀ ਉਹ ਵੀ ਵਿਚਾਰੀ ਸਧਾਰਨ ਆ ਸਧਾਰਨ ਹੈਗੀ ਅਤੇ ਵੀ ਬੱਚੀ ਦੀ ਪੜ੍ਹਾਈ ਫਰੀ ਕੀਤੀ ਜਾਵੇ ਜਾਂ ਕੋਈ ਸਰਕਾਰੀ ਇਦਾਰੇ ਦੇ ਵਿੱਚ ਲਿੱਤਾ ਜਾਵੇ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਯਾਰ ਵੀ ਜਾਨਾਂ ਨਾਲ ਨਾ ਹੀ ਖੇਡਿਆ ਜਾਵੇ ਲੋਕਾਂ ਦੀਆਂ ਨਾਲ ਵੀ ਮਗਰੋਂ ਉਰੇ ਇਕੱਠ ਕਰ ਲੈਂਦੇ ਨੇ ਜੇ ਇਹ ਪਹਿਲਾਂ ਹੀ ਇਕੱਠ ਕੀਤਾ ਹੁੰਦਾ ਪਹਿਲਾਂ ਇਹਦੇ ਉੱਤੇ ਧਿਆਨ ਦਿੱਤਾ ਹੁੰਦਾ ਸਾਨੂੰ ਲੋੜ ਹੀ ਨਹੀਂ ਪੈਣੀ ਤੇ ਇਹ ਕੰਮ ਕਰਨ ਦੀ ਜੋਦੂ ਪਹਿਲਾਂ ਹੀ ਇਹਦੇ ਉੱਤੇ ਜਾਲੀ ਲੱਗੀ ਹੁੰਦੀ ਕਿਉਂ ਇਹ ਬੱਚੇ ਦੀ ਜਾਨ ਜਾਂਦੀ ਬਈ ਇਹ ਬਹੁਤ ਨਿੰਦਣਯੋਗ ਘਟਨਾ ਹੋਈ ਆ ਸ਼ੇਰੋਂ ਪਿੰਡ ਦੇ ਵਿੱਚ ਬਈ ਇਹ ਬੱਚੇ ਦੀ ਜਾਨ ਗਈ ਆ ਉਹਦੇ ਬਾਪ ਦੇ ਬਾਂਹ ਨਹੀਂ ਹੈਗੀ ਵੀ ਬਹੁਤ ਗਰੀਬ ਪਰਿਵਾਰ ਆ ਯਾਰ